ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ ਜਦੋਂ ਤੋਂ ਹੁਣ ਸਰਗਰਮ ਹੋਈ ਹੈ ਬਹੁਤ ਹੀ ਉਮਦਾ ਪ੍ਰੋਗਰਾਮ ਜਿਹੜੇ ਆ ਕਰ ਰਹੇ ਨੇ ਅੱਜ ਇੱਥੇ ਜਲੰਧਰ ਵਿਖੇ ਅਸੀਂ ਇਕੱਠੇ ਹੋਏ ਹਾਂ ਅਤੇ ਅੱਜ ਇੱਥੇ ਕਵਿਤਾ ਦੇ ਉੱਤੇ ਕਹਾਣੀ ਦੇ ਉੱਤੇ ਨਾਵਲ ਦੇ ਉੱਤੇ ਸੈਮੀਨਾਰ ਜਿਹੜਾ ਚੱਲਿਆ ਸਾਰਾ ਦਿਨ ਚੱਲਿਆ ਔਰ ਭਰਪੂਰ ਵਿਦਿਆਰਥੀਆਂ ਨੇ ਇਹਦੇ ਵਿੱਚ ਹਿੱਸਾ ਲਿਆ ਔਰ ਸਰਬਜੀਤ ਕੌਰ ਸੋਹਲ ਇੰਨੀ ਸਰਗਰਮ ਹੈ ਔਰ ਇੰਨੇ ਹਰ ਰੋਜ਼ ਪ੍ਰੋਗਰਾਮ ਹੋ ਰਹੇ ਨੇ ਔਰ ਪੰਜਾਬੀ ਸਾਹਿਤ ਲਈ ਇੱਕ ਬੜੀ ਮਾਣ ਦੀ ਗੱਲ ਹੈ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਸਰਗਰਮੀਆਂ ਨਹੀਂ ਸੀ ਹੋ ਰਹੀਆਂ ਔਰ ਗੱਲਾਂ ਵੀ ਬੜੀਆਂ ਸੁਣਨ ਨੂੰ ਮਿਲਦੀਆਂ ਸੀ ਪਰ ਹੁਣ ਜਦੋਂ ਤੋਂ ਨਵੀਂ ਟੀਮ ਆਈ ਹੈ ਇਹਨਾਂ ਦੀ ਸਰਬਜੀਤ ਸੋਰਕਰ ਦੀ ਹਾਜ਼ਰੀ ਵਿੱਚ ਬਹੁਤ ਜ਼ਿਆਦਾ ਸਰਗਰਮੀਆਂ ਨੇ ਬਹੁਤ ਜਾਣੀ ਮੁੱਲਵਾਨ ਕੰਮ ਹੋ ਰਹੇ ਨੇ ਔਰ ਇਹ ਹੁੰਦੇ ਰਹਿਣੇ ਚਾਹੀਦੇ ਨੇ ਸਾਡੀਆਂ ਸਾਰੀਆਂ ਦੁਆਵਾਂ ਔਰ ਸਾਡੀਆਂ ਸਾਰਾ ਸਹਿਯੋਗ ਜਿਹੜਾ ਅਕੈਡਮੀ ਦੇ ਨਾਲ ਹੈ।